ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੂਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਮੈਂ ਕ੍ਰਿਸਚੈਨਿਟੀ ਅਤੇ ਸਿੱਖਇਜ਼ਮ ਦਾ ਪ੍ਰਚਾਰ ਕਰਦਾ। ਜਿਹੜਾ ਸਿੱਖਇਜ਼ਮ ਹੈਗਾ ਨਾ, ਇਹ ਕੰਟੀਨਿਊਏਸ਼ਨ ਦੀ ਲਗਾਤਾਰ ਉਹਦੇ ਕ੍ਰਿਸਚੈਨਿਟੀ ਦਾ ਹੈਗਾ, ਇਹੋ ਕੰਟੀਨਿਊਏਸ਼ਨ ਆਫ ਕ੍ਰਿਸਚੈਨਿਟੀ। ਯਾਨੀ ਕਿ ਕ੍ਰਿਸਚੈਨਿਟੀ ਦੇ ਸਤਿਗੁਰੂ ਆਇਆ ਸੀ ਜਿਹੜਾ ਜੀਜ਼ਸ, ਉਹ ਛੋਟਾ ਸੀਗਾ, ਸਤਿਗੁਰੂ ਨਾਨਕ ਉਹਦੇ ਤੋਂ ਵੱਡੇ ਸਨ। ਅਤੇ ਇਹ ਫਿਰ ਜਿਹੜਾ ਸ਼ੈਤਾਨ ਵੀ ਇੱਥੇ ਇੰਡੀਆ ਦਾ ਵੱਡਾ ਸੀ ਅਤੇ ਵੱਡਾ ਹੀ ਸਤਿਗੁਰੂ ਚਾਹੀਦਾ ਸੀ। ਅਤੇ ਮਿਡਲ ਈਸਟ ਸ਼ੈਤਾਨ ਜੁੱਡਾ ਟ੍ਰਾਈਬ ਦੇ ਲੋਕ ਬਹੁਤ ਬੱਚੇ ਸੀਗੇ, ਪ੍ਰਿੰਸਿਸ ਆ, ਸ਼ਹਿਜ਼ਾਦੇ ਸੀ ਸ਼ੈਤਾਨਾਂ ਦੇ, ਉਹ ਇੰਨੇ ਨਹੀਂ ਸੀ ਸ਼ੈਤਾਨ। ਉਹਨੇ ਸਾ ਜੁੱਡਾ ਸਕੈਰੀਓ ਜਿਹਨੇ ਧੋਖਾ ਦਿੱਤਾ ਸੀ ਉਹਨੂੰ, ਉਹ ਆਪੇ ਮਰ ਗਿਆ ਸੀ, ਉਹਨੂੰ ਕਿਸੇ ਨੇ ਮਾਰਨਾ ਨਹੀਂ ਪਿਆ। ਲੱਖ ਲਾਨਤ ਪਾਈ ਸੀ, ਉਹੀ ਬਥੇਰੀ ਸੀਗੀ। ਲੇਕਿਨ ਆਪਣੇ ਜਿਹੜੇ ਖੱਤਰੀ ਸਨ ਇੱਥੇ ਸ਼ੈਤਾਨ, ਉਹਨਾਂ ਜਿੱਦਾਂ ਪ੍ਰਿਥੀ ਚੰਦ ਸੀਗਾ, ਕੋਈ ਸ਼ਰਮ ਨਹੀਂ ਸੀ ਉਹਨਾਂ ਨੂੰ ਅਤੇ ਨਾ ਹੀ ਹਜਾ ਸੀਗੀ। ਸਤਿਗੁਰੂ ਨਾ ਅਰਜਨ ਦੇਵ ਜੀ ਤਾਂ ਆਪਣੇ ਗਹਿਣੇ ਵੇਚ ਕੇ ਲੰਗਰ ਚਲਾਉਂਦੇ ਸੀਗੇ ਅਤੇ ਉਹ ਠੂਠਾ ਚੱਕ ਕੇ ਮੂਹਰਿਓਂ ਉਹ ਗ੍ਰਾਹੀ ਕਰਕੇ ਤਾਂ ਸਾਰੇ ਪੈਸੇ ਅਤੇ ਘਰ ਨੂੰ ਦੌੜ ਜਾਂਦਾ ਸੀਗਾ। ਅਤੇ ਇਹਨਾਂ ਬੇਸ਼ਰਮ ਜਿਹੜੇ ਨਾ ਖੱਤਰੀ, ਇੰਨਾ ਕੋਈ ਵੀ ਨਹੀਂ ਹੋਣਾ। ਅਤੇ ਇਸ ਕਰਕੇ ਇਹ ਜਿਹੜੇ ਨੇ, ਇਹ ਬਾਦਸ਼ਾਹ ਅਤੇ ਸ਼ਹਿਨਸ਼ਾਹ ਸ਼ੈਤਾਨ ਹੈਗੇ ਨੇ। ਅਤੇ ਇਹਨਾਂ ਲਈ ਫਿਰ ਜਿਹੜਾ ਆਉਣਾ ਸੀਗਾ ਆਪਣੇ ਸਤਿਗੁਰੂ, ਇਹਨਾਂ ਨੂੰ ਇਹਨਾਂ ਦੇ ਮੁਕਾਬਲੇ 'ਚ, ਉਹ ਵੀ ਫਿਰ ਸਾਰਿਆਂ ਨੂੰ ਵੱਡਾ ਹੀ ਹੋਣਾ ਸੀਗਾ। ਅਤੇ ਸਤਿਗੁਰੂ ਜੀਜ਼ਸ ਕਹਿ ਗਿਆ ਸੀਗਾ ਕਿ ਮੇਰੇ ਆਉਣ ਤੋਂ ਬਾਅਦ ਜਿਹੜਾ ਨਵਾਂ ਹੈਗਾ, ਦੂਜਾ ਹੈਗਾ ਨਾ ਸਤਿਗੁਰੂ, ਉਹ ਈਸਟ 'ਚ ਆਏਗਾ। ਈਸਟ ਦਾ ਮਤਲਬ ਇੰਡੀਆ 'ਚ, ਅਤੇ ਉੱਥੇ ਉਹਦੀ ਰੋਸ਼ਨੀ ਉਹ ਚਮਕੂਗੀ, ਉਹ ਆਪਣੇ ਰੋਸ਼ਨੀ ਦੇਵੇਗਾ, ਲੇਕਿਨ ਉੱਥੇ ਨਹੀਂ ਚਮਕੇਗੀ, ਈਸਟ 'ਚ ਨਹੀਂ ਚਮਕੇਗੀ, ਉਹ ਚਮਕੇਗੀ ਵੈਸਟ 'ਚ, ਯਾਨੀ ਮਗਰਬ ਵਿੱਚ, ਇੱਧਰ ਜਿਹੜਾ ਇੰਗਲੈਂਡ ਅਤੇ ਗੋਰਿਆਂ ਦੇ ਵਿੱਚ। ਕਿ ਉੱਥੇ ਦੇ ਲੋਕ ਜਿਹੜੇ ਹੈਗੇ ਨੇ ਇੰਡੀਆ ਦੇ, ਉਹ ਕਹਿੰਦੇ ਵੀ ਇਹ ਜੇ ਪ੍ਰਚਾਰ ਕਰਾਂਗੇ ਅਤੇ ਇਹਦੇ 'ਚ ਫਾਇਦਾ ਕੀ ਹੈਗਾ। ਉਹ ਹਰ ਵੇਲੇ ਪੈਸੇ ਦੀ ਸੋਚਦੇ ਨੇ ਜਾਂ ਆਪਣੀ ਸ਼ੋਹਰਤ ਚਾਹੁੰਦੇ ਨੇ ਵੀ ਮੇਰੀ ਵਡਿਆਈ ਹੋਵੇ। ਅਤੇ ਜਿਹੜਾ ਹੁੰਦਾ ਹੈਗਾ ਭਗਤ ਹੁੰਦਾ, ਉਹ ਆਪਣੀ ਵਡਿਆਈ ਨਹੀਂ ਚਾਹੁੰਦਾ, ਉਹ ਅਕਾਲ ਪੁਰਖ ਦੀ ਵਡਿਆਈ ਕਰਦਾ ਹੈਗਾ। ਅਤੇ ਜਾਂ ਜਿਹਦੇ ਤੋਂ ਸਿੱਖਿਆ ਹੈਗਾ, ਸਤਿਗੁਰੂ ਨਾਨਕ ਦੇਵ ਜੀ ਦੀ ਵਡਿਆਈ ਉਹ ਕਰਦਾ, ਯਾਨੀ ਕਿ ਓਨਰ ਕਹੀਦਾ ਇਹਨੂੰ। ਅਤੇ ਗਲੋਰੀਫਾਈ ਜਿਹਨੂੰ ਕਰਨਾ, ਉਹ ਆਪਣਾ ਗੋਡ ਹੈਗਾ। ਅਤੇ ਮੈਂ ਕਰ ਰਿਹਾ ਸੀਗਾ ਵੀਡੀਓ ਜੌਨ 21, ਅਤੇ ਉਦੋਂ ਫਿਰ ਉਹ ਬੜਾ ਸੋਹਣਾ ਆਇਆ ਇੱਕ ਪੈਰਾਬਲ ਹੁੰਦੀ ਬੁਝਾਰਤ, ਅਤੇ ਉਹਦੇ 'ਚ ਕਹਿੰਦਾ ਵੀ ਜਿਹੜੇ ਜੌਨ 21 ਵਿੱਚ ਤਾਂ ਜੀਜ਼ਸ ਨੇ ਨਾ ਉਹ ਫਿਸ਼ ਕਿੱਦਾਂ ਉਹਨਾਂ ਨੂੰ ਫੜਾਈ। ਅਤੇ ਕੁਛ ਜੀਜ਼ਸ ਦੇ ਕਾਮੇ ਹੁੰਦੇ, ਚੇਲੇ ਨਹੀਂ ਹੁੰਦੇ। ਚੇਲਾ ਉਹ ਹੁੰਦਾ ਜਿਹੜਾ ਜੋ ਉਸਤਾਦ ਕਹੇ ਉਹੀ ਕਰਦਾ ਹੈਗਾ, ਅਤੇ ਕਾਮੇ ਉਹ ਹੁੰਦੇ ਜਿਹੜੇ ਕਿ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਹੈਗਾ ਕਿ ਤਾਂ ਕਿ ਉਹ ਜਦੋਂ ਕਾਮੇ ਕਾਮਲ ਹੋ ਜਾਣ ਤਾਂ ਉਹ ਸਿਖਾਉਣ ਵਾਲੇ ਦੀ ਗੱਦੀ ਸਾਂਭ ਲੈਣ, ਯਾਨੀ ਕਿ ਇੰਨੇ ਕਾਮਲ ਹੋ ਜਾਣ ਕਿ ਸਿਖਾਉਣ ਵਾਲਾ ਅਤੇ ਸਿੱਖਣ ਵਾਲੇ 'ਚ ਕੋਈ ਫਰਕ ਨਾ ਰਹਿ ਜਾ, ਯਾਨੀ ਕਾਮੇ ਅਤੇ ਸਿੱਖ 'ਚ ਕੋਈ ਫਰਕ ਨਹੀਂ, ਸਿੱਖ ਵੀ ਹੁੰਦਾ ਸਿੱਖਣ ਵਾਲਾ। ਇਸ ਕਰਕੇ ਜੀਜ਼ਸ ਦੇ ਜਿਹੜੇ ਸਿੱਖ ਸਨ ਉਹ ਜਾਂ ਕਾਮੇ ਸਨ, ਉਹਨਾਂ ਨੂੰ ਇੰਨਾ ਕਾਮਲ ਕੀਤਾ ਸੀਗਾ ਕਿ ਅਖੀਰਲੇ ਜਦੋਂ ਇਹਨਾਂ ਨੂੰ ਦਿੱਤਾ ਨਾ ਖਾਣ ਨੂੰ ਜਿਹੜਾ ਸੀਗਾ ਮਰਨ ਤੋਂ ਪਹਿਲਾਂ, ਉਦੋਂ ਜੇ ਕੋਈ ਬਾਹਰੋਂ ਲੋਕ ਆਵੇ ਕੋਈ ਅਤੇ ਬੁੱਝੇ ਵੀ ਇਹਨਾਂ 'ਚੋਂ ਕਿਹੜਾ ਹੈਗਾ ਆਪਣੇ ਅਸਲੀ ਕਿਹੜਾ ਹੈਗਾ ਜੀਜ਼ਸ, ਉਹਨੂੰ ਪਤਾ ਨਹੀਂ ਸੀ ਲੱਗਣਾ। ਕਿਉਂਕਿ ਕ੍ਰਾਈਸਟ ਦਾ ਜਿਹੜਾ ਪਤਾ ਲੱਗਦਾ ਉਹ ਬੋਲਣ ਤੋਂ ਪਤਾ ਲੱਗਦਾ ਹੈਗਾ, ਜੇ ਸਾਰੇ ਇੱਕੋ ਜਿਹਾ ਬੋਲਣ ਤਾਂ ਕਿਹੜਾ ਪਤਾ ਲੱਗੂ ਵੀ ਕਿਹੜਾ ਕ੍ਰਾਈਸਟ ਹੈਗਾ। ਨਾਲੇ ਕ੍ਰਾਈਸਟ ਜਿਹੜਾ ਹੁੰਦਾ ਉਹਨੂੰ ਪਤਾ ਲੱਗਦਾ ਜਿਹੜਾ ਸੁਰਤੀ ਵਾਲਾ ਹੋਵੇ, ਜਿਹਨਾਂ ਸੁਰਤੀ ਨਹੀਂ ਹੈਗੀ ਉਹ ਨਹੀਂ ਲੱਭ ਸਕਦੇ ਕ੍ਰਾਈਸਟ ਨੂੰ। ਅਤੇ ਇਸ ਕਰਕੇ ਉਹਨਾਂ ਨੇ ਫਿਰ ਉਹਦੇ ਵਿੱਚੋਂ ਇੱਕ ਜੂਡਾ ਅਸਕੈਰੀਓਸ ਜਿਹੜਾ ਸੀਗਾ ਸੁਰਤੀ ਵਾਲਾ, ਜਿਹੜਾ ਕਿ ਪੈਸੇ ਨੂੰ ਲਾਲਚੀ ਸੀਗਾ, ਉਹਦੇ ਹੱਥ 'ਚ ਪੈਸੇ ਵਾਲੀ ਥੈਲੀ ਫੜੀ ਹੁੰਦੀ ਸੀਗੀ
ਤੇ ਜਦੋਂ ਵੀ ਉਹਨੂੰ ਕੋਈ ਜ਼ਰੂਰਤ ਪੈਣੀ ਕਿਸੇ ਚੀਜ਼ ਦੀ, ਉਹਨੇ ਉੱਥੋਂ ਪੈਸੇ ਚੋਰੀ ਕਰ ਲੈਣੇ ਅਤੇ ਖਰਚ ਕੇ ਤਾਂ ਆਪਣੀ ਚੀਜ਼ ਲੈ ਲੈਣੀ। ਅਤੇ ਸਾਰਿਆਂ ਨੂੰ ਪਤਾ ਸੀਗਾ ਵੀ ਇਹ ਕਰਦਾ ਇੱਦਾਂ, ਵੀ ਮੀਸਣਾ ਹੈਗਾ ਉਹ। ਲੇਕਿਨ ਪੀਟਰ ਨੂੰ ਨਹੀਂ ਸੀ ਪਤਾ, ਕਿਉਂ ਪੀਟਰ ਜਿਹੜਾ ਸੀ ਉਹ ਵਿਚਾਰਾ ਭੋਲਾ ਪਾਲਾ ਅਕੀਜਾ ਸੀਗਾ, ਉਹ ਦਵੀਜਾ ਨਹੀਂ ਸੀ। ਉਹ ਜੀਜ਼ੇ ਦਾ ਇਸ ਤਰ੍ਹਾਂ ਸੀਗਾ, ਉਹਨੇ ਜੀਜ਼ੇ ਨੇ ਚੁਣੇ ਹੋਏ ਸਨ, ਉਹ ਆਪੇ ਨਹੀਂ ਮਿਲ ਗਿਆ ਸੀਗੇ। ਅਤੇ ਇਸ ਕਰਕੇ ਚੁਣਿਆ ਸੀ ਕਿ ਉਹ ਦਿਲ ਦਾ ਸਾਫ਼ ਸੀਗਾ, ਅਤੇ ਜੀਜ਼ੇ ਜਦੋਂ ਕਰਾਮਾਤ ਕਰਦਾ ਸੀ ਅਤੇ ਹੋਰ ਚੰਗੇ ਕੰਮ ਕਰਦਾ ਜਿਹੜੇ ਕਿ ਦੇਖਣ ਨੂੰ ਨਜ਼ਰ ਆਉਂਦੇ ਸਨ, ਯਾਨੀ ਕਿ ਕੋਈ ਬਿਮਾਰ ਹੈ ਉਹਨੂੰ ਠੀਕ ਕਰ ਦੇਣਾ ਜਾਂ ਹੋਰ, ਉਹ ਦੇਖ ਕੇ ਬੜਾ ਖੁਸ਼ ਹੁੰਦਾ ਸੀ, ਮੇਰਾ ਜਿਹੜਾ ਮਾਸਟਰ ਹੈਗਾ ਉਹ ਆਹ ਕੰਮ ਕਰਦਾ, ਲੋਕਾਂ ਨੂੰ ਬੜਾ ਉਹਨੇ ਕਹਿਣਾ, ਉਹਦੇ 'ਚ ਆਹ ਕਰਾਮਾਤ ਹੈਗੀਆਂ, ਬਹੁਤ ਉਹਦੇ ਗੁਣ ਗਾਉਣੇ। ਅਤੇ ਜੀਜ਼ ਕਹਿੰਦਾ ਸੀ ਦੋਇਆਂ ਨੂੰ ਵੀ ਕਿਸੇ ਨੂੰ ਨਹੀਂ ਦੱਸਣਾ ਕਿ ਮੈਂ ਮਸਾਇਆ ਹੈਗਾ। ਮਸਾਇਆ ਪਤਾ ਲੱਗਦਾ ਜਦੋਂ ਬੋਲਿਆਂ ਤੋਂ ਪਤਾ ਲੱਗਦਾ। ਇਸ ਕਰਕੇ ਜਿਹੜੇ ਦਵੀਜੇ ਸਨ ਬਾਕੀ ਦੇ ਕੰਮ ਹੈ, ਉਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ ਵੀ ਇਹ ਮਸੀਹਾ ਹੈਗਾ। ਉਹਨਾਂ ਨੂੰ ਆਪੇ ਢੂੰਡਣ ਲਈ ਕੋਸ਼ਿਸ਼ ਕੀਤੀ। ਜੀਜ਼ੇ ਜਦੋਂ ਜਰੂਸਲਮ ਜਾਂਦਾ ਹੁੰਦਾ ਸੀ ਨਾ, ਉਦੋਂ ਇਹ ਲੋਕ ਕਿਤਾਬੀ ਕੀੜੇ ਸੀ, ਬਾਹਮਣ, ਆਪਣੀਆਂ ਟੋਰਾ ਪੜ੍ਹੀ ਜਾਣ, ਵੇਦ ਮੰਤਰ ਪੜ੍ਹੀ ਜਾਣ, ਬਾਕੀ ਦੇ ਪੜ੍ਹੀ ਜਾਣ, ਉਹ ਜਾਂਦਾ ਹੈ ਨਾ ਪੜ੍ਹ ਪੜ੍ਹ ਗੱਡੀ ਲੱਤੀਏ, ਉਹ ਹਿਸਾਬ ਸੀ ਉੱਥੇ ਪੜ੍ਹ ਪੜ੍ਹ ਕੇ ਨਾ ਉਹਨਾਂ ਦੇ ਹੰਕਾਰ ਵਧੇ ਹੋਏ ਸਨ। ਅਤੇ ਉੱਥੇ ਜੀਜ਼ ਜਦੋਂ ਪ੍ਰਚਾਰ ਕਰਦਾ ਸੀਗਾ ਅਤੇ ਉਹਨਾਂ ਦੇ ਸਮਝ ਨਹੀਂ ਸੀ ਆਉਂਦੀ ਕਿ ਉਹ ਜਿਹੜੀ ਚੀਜ਼ ਜਿਸਮ 'ਤੇ ਲੱਗਦੀ ਰੂਹ 'ਤੇ ਉਲਟ ਲੱਗਦੀ ਹੈਗੀ। ਅਤੇ ਜੀਜ਼ ਨੇ ਜਦੋਂ ਉਹਦੇ ਉਲਟ ਬੋਲਣਾ ਜਿਹੜਾ ਉਹਨਾਂ ਦੇ ਹੈਗਾ ਮੋਰਲ ਲਾਅ ਦੇ, ਅਤੇ ਉਹਨਾਂ ਨੂੰ ਸਮਝ ਨਹੀਂ ਆਉਣੀ ਸੀ। ਅਤੇ ਇਸ ਕਰਕੇ ਉਹਨੂੰ ਜੀਜ਼ਨ ਕਹਿੰਦੇ ਤੂੰ ਜਾ, ਸਾਡੇ ਕੋਲ ਆਪਣਾ ਮੋਜ਼ੇ ਦਾ ਟੋਰਾ ਹੈਗਾ ਸੀ, ਉਹ ਹੀ ਪੜ੍ਹਦੇ ਹੈਗੇ। ਅਤੇ ਇਸ ਕਰਕੇ ਸਾਰਿਆਂ ਨੂੰ ਅੰਧੇਰਾ ਜਿਹੜਾ ਸੀਗਾ ਉਹ ਸ਼ੈਤਾਨਾਂ ਨੇ ਜਰੂਸਲਮ ਵਿੱਚ ਕੀਤਾ ਹੋਇਆ ਸੀ। ਅਤੇ ਜਿਹੜੇ ਪਿੰਡ ਦੇ ਲੋਕ ਹੁੰਦੇ ਸਨ ਉਹ ਜਦੋਂ ਜੀਜ਼ਸ ਉੱਥੇ ਜਾਂਦਾ ਸੀ ਜਰੂਸਲਮ, ਤਾਂ ਉਹਨੂੰ ਢੂੰਡਦੇ ਸਨ ਵੀ ਉਹ ਕਿੱਥੇ ਹੈਗਾ, ਵੀ ਉਹਦੇ ਤੋਂ ਗੱਲਾਂ ਸੁਣੀਏ। ਉਹਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਸਨ ਅਤੇ ਜੀਜ਼ ਫਿਰ ਉਹਨਾਂ ਨੂੰ ਪ੍ਰਚਾਰ ਕਰਦਾ ਸੀ। ਜੀਜ਼ਸ ਪ੍ਰਚਾਰਕ ਸੀਗਾ, ਉਹ ਕੋਈ ਟੀਚਰ ਨਹੀਂ ਸੀ, ਪ੍ਰੀਚਰ ਸੀਗਾ, ਪ੍ਰਚਾਰਕ। ਅਤੇ ਉਹਨੇ ਫਿਰ ਉਹਨਾਂ ਨੂੰ ਪੈਰਾਬਲ ਦੇ ਕੇ ਤਾਂ ਉਹਨਾਂ ਨੂੰ ਪ੍ਰਚਾਰ ਕਰਨਾ, ਉਹਨਾਂ ਨੇ ਬੜਾ ਪਸੰਦ ਹੋਣਾ। ਪਰ ਜਿਹੜੇ ਸੀਗੇ ਟੈਂਪਲ ਦੇ ਬਾਹਮਣ ਸੀਗੇ ਰਬਾਈ, ਉਹ ਬੜੇ ਔਖੇ ਸੀ, ਇਹਨੇ ਤਾਂ ਹੁਣ ਸਾਡਾ ਜਿਹੜਾ ਹੈਗਾ ਕਾਰੋਬਾਰ ਇਹਨੇ ਸਾਂਭ ਲੈਣਾ ਹੈਗਾ, ਅਤੇ ਇਹਦੇ ਮਗਰ ਲੋਕ ਜਾਣ ਲੱਗ ਪਏ ਨੇ ਅਤੇ ਸਾਡਾ ਤਾਂ ਬੰਦ ਹੋ ਜਾਣਾ, ਠੱਪ ਹੋ ਜਾਣਾ ਹੈਗਾ। ਅਤੇ ਇਸ ਕਰਕੇ ਉਹਨੂੰ ਚਾਹੁੰਦੇ ਸੀ ਕਿ ਟੈਂਪਲ ਤੋਂ ਬਾਹਰ ਚਲਾ ਜਾਵੇ। ਕਈ ਤਾਂ ਉਹਨੂੰ ਇੱਟਾਂ ਮਾਰਨ ਦੀ ਕੀਤੀ ਕੋਸ਼ਿਸ਼, ਕਈ ਕੁਛ ਕੀਤਾ, ਅਤੇ ਇਸ ਤਰ੍ਹਾਂ ਇਹਨਾਂ ਨੇ ਨਫ਼ਰਤ ਸੀਗੀ। ਹੁਣ ਜੀਜ਼ ਜਦੋਂ ਗੁਜ਼ਰ ਗਿਆ ਅਤੇ ਉਹਨੇ ਫਿਰ ਦੱਸਿਆ ਸੀ ਕਿ ਮੈਂ ਤੀਜੇ ਦਿਨ ਉੱਠ ਖੜਾ ਹੋਵਾਂ, ਯਾਨੀ ਕਿ ਜਿਹੜਾ ਆਦਮੀ ਅਕਾਲ ਪੁਰਖ ਦਾ ਹੋਵੇ ਸਨ, ਯਾਨੀ ਕਿ ਉਹਦਾ ਭਗਤ ਹੋਵੇ, ਉਹ ਮਰਦਾ ਨਹੀਂ ਹੈਗਾ, ਉਹ ਹਮੇਸ਼ਾ ਸੁਰਜੀਤ ਰਹਿੰਦਾ ਹੈਗਾ। ਪਰ ਉੱਥੇ ਦੇ ਮਿਡਲ ਈਸਟ ਦੇ ਲੋਕ ਜਿਹੜੇ ਨਾ ਭੋਲੇ ਭਾਲੇ ਹੈਗੇ ਨੇ, ਉਹਨਾਂ ਜਿੰਨਾ 'ਚ ਦੇਖ ਨਾ ਲੈਣ ਉਹਨਾਂ 'ਚ ਉਹਨਾਂ ਨੂੰ ਤਸੱਲੀ ਨਹੀਂ ਹੁੰਦੀ। ਇਸ ਕਰਕੇ ਜੀਜ਼ ਉੱਥੇ ਤੀਜੇ ਦਿਨ ਆਪੇ ਉਹਨਾਂ ਨੂੰ ਦਿਖਾਈ ਦਿੱਤਾ। ਅਤੇ ਇਹ ਹੁਣ ਜਿਹੜਾ ਸੀਗਾ ਜੌਨ 21, ਜਦੋਂ ਉਹ ਰਾਤ ਨੂੰ ਪੀਟਰ ਕਹਿੰਦਾ ਮੈਂ ਫਿਸ਼ਿੰਗ ਜਾਣਾ, ਵੀ ਮੈਂ ਉੱਥੋਂ ਮੱਛੀ ਫੜ ਕੇ ਲਿਆਉਣੀ ਹੈਗੀ ਸਮੁੰਦਰ ਵਿੱਚੋਂ, ਅਤੇ ਉਹ ਜਦੋਂ ਕਹਿੰਦਾ ਅਤੇ ਬਾਕੀ ਦੇ ਵੀ ਜਿਹੜੇ ਸੀਗੇ ਉਹ ਵੀ ਨਾਲ ਤਿਆਰ ਹੋ ਕੇ। ਅੱਛਾ, ਰਾਤ ਨੂੰ ਇਸ ਕਰਕੇ ਜਾਂਦੇ ਸੀਗੇ ਕਿ ਉੱਥੇ ਜਰੂਸਲਮ ਦੇ ਜਿਹੜੇ ਸੀ ਨਾ ਲੋਕ, ਉਹ ਬੜੇ ਇਹਨਾਂ ਦੇ ਬਰਖਿਲਾਫ਼ ਸੀਗੇ, ਅਤੇ ਇਹ ਜਿੱਥੇ ਰਹਿੰਦੇ ਸਨ ਉੱਥੇ ਕੁੰਡਾ ਮਾਰ ਕੇ ਰੱਖਦੇ ਸੀ ਘਰ ਦਾ, ਖੁੱਲ੍ਹਾ ਨਹੀਂ ਸੀ ਛੱਡਦੇ ਦਰਵਾਜ਼ਾ ਵੀ ਕੋਈ ਆ ਜਾਏਗਾ ਅਤੇ ਕਿਤੇ ਉਹਨਾਂ ਨੂੰ ਕੁੱਟ ਨਾ ਦੇਵੇ ਜਾਂ ਕੋਈ ਇੱਦਾਂ ਦੀ ਨਾ ਗੱਲ ਕਰੇ, ਉਹਨਾਂ ਨੂੰ ਡਰ ਸੀਗਾ। ਪਰ ਜੀਜ਼ ਕਹਿ ਕੇ ਐਸੇ ਵੀ ਤੁਸੀਂ ਰਹਿਣਾ ਉੱਥੇ ਹੀ ਹੈਗਾ ਜਰੂਸਲਮ, ਕਿ ਤੁਹਾਡਾ ਕੋਈ ਬਾਲ ਨਹੀਂ ਵਿੰਗਾ ਕਰ ਸਕਦਾ ਜਿੰਨਾ ਚਿਰ ਅਕਾਲ ਪੁਰਖ ਦਾ ਹੁਕਮ ਨਹੀਂ ਹੁੰਦਾ। ਅਤੇ ਇਸ ਕਰਕੇ ਜਿਹੜੇ ਦਵੀਜੇ ਸਨ ਉਹਨਾਂ ਨੂੰ ਤਾਂ ਯਕੀਨ ਸੀਗਾ, ਪਰ ਪੀਟਰ ਸੀਗਾ ਅਕੀਜਾ,
ਤੇ ਉਹ ਡਰਦਾ ਸੀਗਾ। ਉਹ ਫਿਰ ਰਾਤ ਨੂੰ ਕਹਿੰਦੇ ਚੱਲ ਰਾਤ ਨੂੰ ਕੋਈ ਦੇਖਦਾ ਨਹੀਂ ਹੈਗਾ, ਚਲੋ ਆਪਾਂ ਰਾਤ ਨੂੰ ਜਾ ਕੇ ਫਿਸ਼ ਮੱਛੀ ਫੜ ਕੇ ਲਿਆਉਂਦਾ ਮੈਂ। ਉਹ ਫਿਸ਼ਰਮੈਨ ਹੁੰਦਾ ਸੀ ਨਾ, ਤੇ ਉਹ ਆਪਣੀ ਬੋਟ ਲੈ ਗਿਆ ਤੇ ਮੱਛੀ ਫੜਨ ਲੱਗਾ। ਜਾਲ ਇੱਧਰ ਪਾਵੇ ਉੱਧਰ ਪਾਵੇ ਸੱਜੇ ਖੱਬੇ, ਤੇ ਉਹ ਬਾਕੀ ਦੇ ਵੀ ਨਾਲ ਉਹਦੇ ਚਲੇ ਗਏ ਹੋਰ ਜਿਹੜੇ ਸੀ ਭਾਈ ਬੰਦ, ਤੇ ਉਹ ਜਾਲ ਪਾਉਣ ਤੇ ਕੁਛ ਵੀ ਨਾ ਉਹਨਾਂ ਨੂੰ ਮਿਲਿਆ। ਤੇ ਹੁਣ ਇਹ ਜਿਹੜੇ ਸੀਗੇ ਆਪਣੇ ਜੀਜ਼ ਦੇ ਕੰਮ ਹੈ, ਇਹਨਾਂ ਨੂੰ ਤਾਂ ਜੀਜ਼ ਨੇ ਫਿਸ਼ਰਸ ਆਫ ਮੈਨ ਬਣਾਉਣਾ ਸੀ, ਆਦਮੀ ਆਦਮੀਆਂ ਨੂੰ ਉਹਨਾਂ ਨੇ ਫੜਨਾ ਸੀਗਾ, ਨਾ ਕਿ ਮੱਛੀਆਂ ਨੂੰ ਫੜਨਾ ਸੀ। ਅਤੇ ਇਸ ਕਰਕੇ ਉਹਨਾਂ ਦੀ ਉਹ ਜਿਹੜਾ ਮੱਛੀਆਂ ਦਾ ਕੰਮ ਸੀ ਉਹ ਬੰਦ ਸੀਗਾ, ਅਤੇ ਇਸ ਕਰਕੇ ਉਹ ਖੱਬੇ ਕਰਨ ਦੀ ਕੋਸ਼ਿਸ਼ ਵੀ ਉੱਥੋਂ ਮੱਛੀ ਆ ਜਾਵੇ, ਯਾਨੀ ਘਰ ਦੇ ਕੰਮ ਕਰਨ ਦੀ ਕੋਸ਼ਿਸ਼ ਕਰਨ, ਉਹ ਕਰਦੇ ਹੋਣ ਨਾ। ਫਿਰ ਸਵੇਰ ਜਦੋਂ ਹੋਈ ਫਿਰ ਜੀਜ਼ਸ ਉੱਥੇ ਸਮੁੰਦਰ ਦੇ ਕਿਨਾਰੇ ਖੜ੍ਹਾ ਸੀਗਾ, ਅਤੇ ਜਦੋਂ ਖੜ੍ਹਾ ਸੀਗਾ ਤਾਂ ਉਹਨਾਂ ਨੂੰ ਪੁੱਛਦਾ ਕੋਈ ਮੱਛੀ ਫੜੀ? ਉਹ ਕਹਿੰਦੇ ਜੀ ਨਹੀਂ ਜੀ। ਅੱਛਾ, ਮੱਛੀ ਕਿੱਦਾਂ ਫੜਦੇ? ਕਲਯੁੱਗ ਦੇ ਅੰਧੇਰੇ 'ਚ, ਜਿਹੜੀ ਰਾਤ ਸੀਗੀ ਉਹ ਕਲਯੁੱਗ ਦਾ ਅੰਧੇਰਾ ਸੀਗਾ। ਹੁਣ ਕਲਯੁੱਗ ਦੇ ਅੰਧੇਰੇ ਵਿੱਚ ਜੇ ਸਤਿਗੁਰੂ ਦੀ ਲੋੜ ਨਾ ਹੋਵੇ ਤਾਂ ਤੁਹਾਨੂੰ ਪਤਾ ਨਹੀਂ ਵੀ ਕੀ ਕੰਮ ਕਰਨਾ ਹੈਗਾ। ਤੁਸੀਂ ਆਹ ਵੀ ਕੰਮ ਕਰਦੇ ਹੋ, ਉਹ ਵੀ ਆਪਣੇ ਵੱਲੋਂ ਚੇਤਨ ਬਈ ਇੱਧਰੋਂ ਸ਼ਾਇਦ ਬਣ ਜਾਵੇ, ਕੋਈ ਉਲਟੇ ਕਰਦੇ ਕੋਈ ਸਿੱਧੇ ਕਰਦੇ ਆ, ਅਤੇ ਤੁਹਾਨੂੰ ਇਸ ਕਰਕੇ ਕੁਛ ਵੀ ਨਹੀਂ ਉਹਦੇ 'ਚ ਹਾਸਲ ਹੁੰਦਾ। ਯਾਨੀ ਕਿ ਤੁਸੀਂ ਕੋਈ ਵੀ ਆਦਮੀ ਆਪਣੇ ਰਾਮ ਰਾਜੇ 'ਚ ਨਹੀਂ ਲਿਆ ਸਕਦੇ। ਇਹਨੂੰ ਕਹੀਦਾ ਫਿਸ਼ਰਸ ਆਫ ਮੈਨ। ਅਤੇ ਜੀਜ਼ ਨੇ ਜਦੋਂ ਪੁੱਛਿਆ ਵੀ ਸਵੇਰੇ ਵੀ ਖੜ੍ਹਾ ਸੀ ਤਾਂ ਕਹਿੰਦਾ ਕੋਈ ਫੜੀ ਫਿਸ਼? ਕਹਿੰਦੇ ਨਹੀਂ ਜੀ ਕੁਛ ਨਹੀਂ ਫੜੀ। ਕਹਿੰਦਾ ਇੱਦਾਂ ਕਰੋ ਫਿਰ ਇਹਨੂੰ ਸੱਜੇ ਹੱਥ ਪਾਓ ਨੈੱਟ। ਸੱਜੇ ਹੱਥ ਦਾ ਮਤਲਬ ਹੈਗਾ ਵੀ ਜਿਹੜੇ ਪਾਸੇ ਤੁਹਾਨੂੰ ਲੋਕ ਤੁਹਾਨੂੰ ਚਾਹੁੰਦੇ ਨੇ ਉਹ ਜਿਹੜੇ ਹੈਗੇ ਨੇ ਖੜ੍ਹੇ ਨੇ ਨਾ, ਜਿਹੜਾ ਪ੍ਰਚਾਰ ਸੁਣਨਾ ਚਾਹੁੰਦੇ ਨੇ ਲੋਕ ਉਹ ਸੱਜੇ ਹੱਥ ਹੁੰਦੇ ਨੇ, ਜਿਹੜਾ ਨਹੀਂ ਸੁਣਨਾ ਚਾਹੁੰਦੇ ਉਹਨਾਂ ਨੂੰ ਖੱਬੇ ਹੱਥ ਪਾ ਦੇਈਦਾ। ਖੱਬੇ ਹੱਥ ਦਾ ਮਤਲਬ ਜਾਓ ਤੁਸੀਂ ਜਿੱਧਰ ਜਾਣਾ, ਸੱਜੇ ਹੱਥ ਯਾਨੀ ਕਿ ਇਹ ਮੇਰੇ ਪਿਆਰੇ ਹੈਗੇ ਨੇ। ਅਤੇ ਉਹਨਾਂ ਨੇ ਕਿਹਾ ਜੀਜ਼ ਨੇ, ਅੱਛਾ ਸੱਜੇ ਹੱਥ ਫਿਰ ਸਿੱਟੋ ਜਾਲ। ਉਹਨਾਂ ਨੇ ਸੱਜੇ ਹੱਥ ਜਾਲ ਸਿੱਟਿਆ ਅਤੇ ਉਦੋਂ ਜੀਜ਼ ਦੀ ਰੋਸ਼ਨੀ ਨੇ ਨਾ, ਅਤੇ ਉਹਨਾਂ ਨੇ ਜਾਲ ਸਿੱਟਿਆ ਅਤੇ ਉਹ ਜਾਲ ਇਹਨਾਂ ਮੱਛੀਆਂ ਨਾਲ ਭਰ ਗਿਆ, ਵੱਡੀਆਂ ਵੱਡੀਆਂ ਮੱਛੀਆਂ ਨਾਲ। ਵੱਡੀਆਂ ਮੱਛੀਆਂ ਦਾ ਮਤਲਬ ਕਿ ਆਦਮੀ ਆਦ 150 ਮੱਛੀ ਉਹਨਾਂ ਨੇ ਵੱਡੀ ਵੱਡੀ ਫੜ ਲਈ, ਆਦਮੀ ਜਿੱਡੀ ਜਿੱਡੀ। ਅਤੇ ਇੰਨਾ ਨੈੱਟ ਭਰ ਗਿਆ ਕਿ ਉਹ ਟੁੱਟਾ ਤਿਆ। ਉਹਨੇ ਫਿਰ ਬੁਲਾਇਆ ਦੂਇਆਂ ਨੂੰ ਵੀ ਆ ਜਾਓ ਵੀ ਖਿੱਚੀਏ ਆਪਾਂ। ਦੂਏ ਜਿਹੜੇ ਕਿਸ਼ਤੀਆਂ 'ਚ ਸੀਗੇ ਉਹਨਾਂ ਸਾਰਿਆਂ ਰਲ ਕੇ ਨੈੱਟ ਖਿੱਚਿਆ ਅਤੇ ਖਿੱਚ ਕੇ ਤਾਂ ਉਹ ਕਿਨਾਰੇ 'ਤੇ ਲਿਆਂਦਾ। ਅਤੇ ਫਿਰ ਜੀਜ਼ ਨੇ ਉੱਥੋਂ ਫਿਰ ਫਿਸ਼ ਉਹਨਾਂ ਨਾਲ ਖਾਧੀ ਭੁੰਨੀ। ਹੁਣ ਇਸ ਚੀਜ਼ ਦਾ ਜਿਹੜਾ ਹੈਗਾ ਜਿਹੜਾ ਪੈਰਾਬੋਲੇ ਦੱਸਿਆ ਹੈਗਾ ਇਹਦਾ ਹੁਣ ਲੋਕ ਪੜ੍ਹ ਸਕਦੇ ਨੇ, ਇੱਦਾਂ ਚਰਚਾਂ 'ਚ ਪੜ੍ਹਦੇ ਨੇ ਆਮ, ਪਰ ਇਹ ਨਹੀਂ ਦੱਸਦੇ ਵੀ ਕਿਉਂ ਰਾਤ ਨੂੰ ਕਿਉਂ ਨਹੀਂ ਫੜ ਹੋਈ ਫਿਸ਼। ਰਾਤ ਜਿਹੜਾ ਹੈਗਾ ਕਲਯੁੱਗ ਦਾ, ਇਹ ਕਲਯੁੱਗ ਅੰਧੇਰਾ ਦਾ ਹੁੰਦਾ ਯੁੱਗ। ਮੈਂ ਦੂਜੇ ਵੀਡੀਓ 'ਚ ਤੁਹਾਨੂੰ ਦੱਸਾਂਗਾ ਕਿ ਜਿਹੜਾ ਸਵਾਸਤਿਕਾ ਹੈਗਾ ਨਾ ਉਹ ਕਲ ਚੌਂ ਯੁੱਗਾਂ ਦਾ ਦੱਸਦਾ ਵੇਰਵਾ, ਅਤੇ ਕਲਯੁੱਗ 'ਚ ਹੁੰਦਾ ਅੰਧੇਰਾ ਯਾਨੀ ਕਿ ਰਾਤ ਨੂੰ ਚੰਦ ਵੀ ਨਹੀਂ, ਚੰਦ ਦੀ ਰੋਸ਼ਨੀ ਬਿਲਕੁਲ ਹੀ ਹੁੰਦੀ, ਚੰਦ ਨਹੀਂ ਹੁੰਦਾ। ਅਤੇ ਜਿੱਦਣ ਇਹ ਕਰਨ ਗਏ ਨੇ ਫਿਸ਼ਿੰਗ ਆਪਣੀ ਮੱਛੀ ਫੜਨ ਗਏ ਨੇ ਉਦੋਂ ਚੰਦ ਨਹੀਂ ਸੀ ਨਿਕਲਿਆ ਹੋਇਆ, ਚੰਦ ਨਾ ਨਿਕਲਣ ਕਰਕੇ ਕੁਛ ਵੀ ਨਹੀਂ ਸੀ ਨਜ਼ਰ ਆਉਂਦਾ, ਅੰਧੇਰਾ ਸੀ, ਕਾਲੀ ਘਟਾ ਰਾਤ। ਅਤੇ ਉਹਦੇ 'ਚ ਫਿਰ ਉਹ ਇੱਧਰ ਪਾਉਣ ਨੈੱਟ ਉੱਧਰ ਪਾਉਣ ਵੀ ਮੱਛੀ ਮੱਛੀ ਤਾਂ ਆਈ ਜਾਣੀ ਕੋਈ ਨਾ ਕੋਈ, ਪਰ ਇਹ ਮੱਛੀ ਜਿਹੜੀ ਸੀਗੀ ਆਦਮੀ ਸੀਗੇ। ਯਾਨੀ ਕਿ ਕਲਯੁੱਗ 'ਚ ਤੁਸੀਂ ਕੁਛ ਨਹੀਂ ਕਰ ਸਕਦੇ ਜਿੰਨਾ ਚਿਰ ਕਿ ਤੁਹਾਡੇ ਦਿਲ 'ਚ ਸਤਿਗੁਰੂ ਦਾ ਵਾਸਾ ਨਹੀਂ ਹੁੰਦਾ। ਅਤੇ ਤੜਕਾ ਹੋਇਆ, ਤੜਕੇ ਦਾ ਮਤਲਬ ਹੈਗਾ ਕਿ ਸਤਿਗੁਰੂ ਦੀ ਲੋ ਜਦੋਂ ਆਈ ਅਤੇ ਉਹਨਾਂ ਨੇ ਆਪਣੇ ਜਿਹੜੇ ਚਾਹੁੰਦੇ ਸਨ ਬਈ ਰਾਮ ਰਾਜੇ 'ਚ ਆਉਣ ਲਈ ਸੱਜੇ ਹੱਥ ਉਹਨਾਂ ਉੱਤੇ ਨੈੱਟ ਪਾਇਆ ਅਤੇ ਉਹਨਾਂ ਨੇ ਖਿੱਚ ਲਿਆ, ਉਹ ਸਾਰੇ ਚੰਗੀ ਆਪਣੀ ਖਿੱਚ ਹੋਈ
ਤੇ ਖੱਬੇ ਹੱਥ ਹੁੰਦੇ ਉਹ ਜਿਹੜੇ ਕਿ ਤੁਹਾਨੂੰ ਚਾਹੁੰਦੇ ਨਹੀਂ ਹੈਗੇ। ਇਸ ਕਰਕੇ ਜਿਹੜੇ ਵੈਸਟ ਦੇ ਲੋਕ ਹੈਗੇ ਨੇ ਇਹ ਆਪਣੇ ਉਸ ਕਿਸ਼ਤੀ ਦੇ ਸੱਜੇ ਪਾਸੇ ਹੈਗੇ ਨੇ। ਇਹ ਵੈਸਟ ਦੇ ਲੋਕ ਚਾਹੁੰਦੇ ਨੇ ਨਾਮ ਨੂੰ, ਇਹ ਨਾਮ ਦੇ ਭੁੱਖੇ ਹੈਗੇ ਨੇ। ਆਪਣੇ ਜਿਹੜੇ ਈਸਟ ਦੇ ਹੈਗੇ ਉਹ ਹੈਗੇ ਖੱਬੇ ਹੱਥ, ਉਹ ਈਸਟ 'ਚ ਜਿਹੜੇ ਹੈਗੇ ਨੇ ਉਹ ਕਹਿੰਦੇ ਜਾਓ ਜਾ ਲੈ ਜਾ ਆਪਣਾ ਨਾਂ ਨੂੰ, ਸੰਤਾਂ ਪੋਥੀਆਂ ਇਸ ਦਾ ਪੜ੍ਹ ਲੈਣੀਆਂ ਅਤੇ ਇਹਦੇ ਨਾਲ ਹੀ ਸਾਨੂੰ ਗੁਜ਼ਾਰਾ ਹੋ ਜਾਂਦਾ ਹੈਗਾ। ਅਤੇ ਉਹ ਆਪਣੀ ਜਿਹੜੀ ਕਮਾਈ ਕਰਦੇ ਜਿੱਦਾਂ ਬ੍ਰਾਹਮਣ ਕਰਦੇ ਨਾ, ਪੜ੍ਹ ਪੜ੍ਹ ਵੇਦ ਅਤੇ ਆਪਣੇ ਪੈਸੇ ਨੂੰ ਨਿਗਾਹ ਪੈਸੇ ਵੱਲ ਹੁੰਦੀ ਅਤੇ ਪੜ੍ਹੀ ਜਾਂਦੇ ਵੇਦ। ਇੱਦਾਂ ਹੀ ਜਿੱਦਾਂ ਹਰਿਮੰਦਰ ਸਾਹਿਬ ਵਿੱਚ ਨਾ, ਉੱਥੇ ਅੰਮ੍ਰਿਤਸਰ ਜਦੋਂ ਗ੍ਰੰਥੀ ਪੜ੍ਹਦਾ ਹੈਗਾ, ਪੜ੍ਹਦਾ ਤਾਂ ਹੈਗਾ ਉੱਥੋਂ ਪੋਥੀ ਤੋਂ, ਲੇਕਿਨ ਉਹਦੀ ਨਿਗਾਹ ਹੁੰਦੀ ਵੀ ਉਹ ਫਲਾਨਾ ਆਦਮੀ ਆਇਆ, ਉਹਨੇ ਕਿੰਨੇ ਪੈਸੇ ਚਾੜੇ ਨੇ ਮੂਹਰੇ, ਉਹਨੂੰ ਦੇਖ ਨੂੰ ਉਹਨਾਂ ਨੇ ਬਣਾਇਆ ਹੈਗਾ ਔਰਗੇਨਾਈਜੇਸ਼ਨ। ਅਤੇ ਉਹ ਜਿਹੜੇ ਡਾਲ ਉਹਦੇ ਚੇਲੇ ਹੈਗੇ ਨਾ ਗ੍ਰੰਥੀ ਦੇ, ਉਹ ਉਹਨਾਂ ਨੂੰ ਪਹਿਲਾਂ ਦੱਸ ਦਿੰਦੇ ਤੁਸੀਂ ਜੀ ਇੱਦਾਂ ਕਰੋ, ਪੈਸਾ ਜਿਹੜਾ ਨਾ ਗੱਲੇ 'ਚ ਨਾ ਪਾਓ, ਇਹ ਤੁਸੀਂ ਇੱਥੇ ਰੱਖ ਦਿਓ ਥੱਲੇ ਗ੍ਰੰਥ ਸਾਹਿਬ ਦੇ, ਇਹ ਪੋਥੀ ਦੇ ਥੱਲੇ ਰੱਖੋ, ਇੱਥੇ ਜ਼ਿਆਦਾ ਇਹਦੇ ਮਾਨ ਹੋਊਗੀ। ਅਤੇ ਉੱਥੋਂ ਫਿਰ ਉਹ ਬਾਅਦ 'ਚੋਂ ਕੱਢ ਕੇ ਅਤੇ ਬੁੱਝੇ 'ਚ ਪਾ ਕੇ ਅਤੇ ਦੌੜ ਜਾਂਦੇ ਨੇ। ਅਤੇ ਇੱਦਾਂ ਦਾ ਬੇਈਮਾਨੀ ਆ ਉੱਥੇ ਉਹਨਾਂ ਦੇ ਨੱਕ ਥੱਲੇ ਹੁੰਦੀਆਂ ਨੇ ਜਿਹੜੇ ਉੱਥੇ ਦੇ ਸੇਵਾਦਾਰ ਹੈਗੇ ਨੇ। ਅਤੇ ਬੇਈਮਾਨੀ ਦਾ ਜਿਹੜਾ ਘਰ ਹੈਗਾ ਕਲਯੁੱਗ ਦਾ ਸਾਰਿਆਂ ਨਾਲੋਂ ਵੱਡਾ ਘਰ ਜਿਹੜਾ ਨਾ ਦੁਨੀਆਂ 'ਚ ਉਹ ਅੰਮ੍ਰਿਤਸਰ ਹੈਗਾ। ਇਸੇ ਕਰਕੇ ਜਿਹੜਾ ਹਰਿਮੰਦਰ ਸਾਹਿਬ ਹੈਗਾ ਇਹ ਬਿਮਾਰਾਂ ਦਾ ਹੋਸਪਿਟਲ ਹੈਗਾ, ਇਹ ਉੱਥੇ ਹੀ ਬਣਨਾ ਸੀ ਜਿੱਥੇ ਬੇਈਮਾਨ ਹੋਣੇ ਸਨ। ਤਦੇ ਸਤਿਗੁਰੂ ਤੇਗ ਬਹਾਦਰ ਜੀ ਜਿਹੜੇ ਕਿ ਛੇਵੇਂ ਸਤਿਗੁਰੂ ਅਤੇ ਦੁਨੀਆਂ ਦੇ ਆਖਰੀ ਕ੍ਰਾਈਸਟ ਜਾਂ ਸਤਿਗੁਰੂ ਸੀਗੇ, ਅਨੋਇੰਟਿਡ ਸਤਿਗੁਰੂ, ਸਤਿਗੁਰੂ ਨਾਨਕ ਦੇਵ ਜੀ ਦੀ ਜਿਹੜੀ ਆਖਰੀ ਜੋਤ ਸੀ ਨਾ, ਉਹ ਛੇਵੇਂ ਸਤਿਗੁਰੂ ਤੇਗ ਬਹਾਦਰ ਜੀ ਸਨ। ਅੱਛਾ, ਕਹਿ ਦਿੰਦੇ ਜੀ ਛੇਵਾਂ ਤਾਂ ਹਰਗੋਬਿੰਦ ਸੀ, ਹਰਗੋਬਿੰਦ ਜੀ ਸੱਚੇ ਪਾਤਸ਼ਾਹ ਸਨ। ਸੱਚੇ ਪਾਤਸ਼ਾਹ ਹੋਰ ਹੁੰਦਾ ਹੈਗਾ, ਉਹ ਸਤਿਗੁਰੂ ਤੋਂ ਵੱਡਾ ਹੁੰਦਾ। ਛੇ ਹੋਏ ਸਤਿਗੁਰੂ, ਚਾਰ ਹੋਏ ਸੱਚੇ ਪਾਤਸ਼ਾਹ, ਇਹ 10 ਜੋਤਾਂ ਹੋਈਆਂ ਨੇ। ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਗੁਰੂ ਅਤੇ ਸਤਿਗੁਰੂ ਅਤੇ ਸੱਚੇ ਪਾਤਸ਼ਾਹ 'ਚ ਕੀ ਫਰਕ ਹੈਗਾ। ਲੋਕ ਕਹਿੰਦੇ ਨੇ ਵੀ ਖਾਲਸਾ ਤੀਜਾ ਪੰਥ ਹੈਗਾ, ਜਦੋਂ ਇਹਨਾਂ ਨੂੰ ਕਹੀਦਾ ਵੀ ਬਾਕੀ ਦੇ ਦੋ ਕਿਹੜੇ ਜੇ, ਜਾਂ ਚਾਰ ਹੁੰਦੇ ਨੇ, ਬਾਕੀ ਦੇ ਤਿੰਨ ਕਿਹੜੇ ਨੇ ਪੰਥ ਹੈਗੇ ਨੇ, ਕੁਛ ਨਹੀਂ ਪਤਾ। ਅਤੇ ਜੇ ਇਹਨਾਂ ਨੂੰ ਦੱਸੋ ਵੀ ਆਹ ਹੈਗੇ, ਇਹਨਾਂ ਨੇ ਪੜ੍ਹੀਆਂ ਕਿਤਾਬਾਂ, ਕਿਤਾਬਾਂ 'ਚ ਕਹਿੰਦੇ ਇਹ ਤਾਂ ਲਿਖਿਆ ਨਹੀਂ, ਕਿਹੜੀ ਕਿਤਾਬ ਵਿੱਚ ਲਿਖਿਆ। ਜਿਵੇਂ ਇੱਕ ਨੂੰ ਇੱਥੇ ਪੰਜਾਬ ਰੇਡੀਓ ਵਾਲਿਆਂ ਨੂੰ ਕਿਹਾ ਵੀ ਖਾਲਸਾ ਤੀਜਾ ਪੰਥ ਹੈਗਾ, ਅਤੇ ਕਹਿੰਦੇ ਬਾਕੀ ਦੇ ਕਿਹੜੇ ਨੇ ਜੀ, ਮੈਂ ਕਿਹਾ ਦੂਜਾ ਹੈਗਾ ਸਿੱਖ, ਅਤੇ ਕਹਿੰਦੇ ਪਹਿਲਾ ਕਿਹੜਾ ਜੀ, ਮੈਂ ਕਿਹਾ ਪਹਿਲਾ ਹੈਗਾ ਹਿੰਦੂ, ਕਹਿੰਦੇ ਹਿੰਦੂ ਕਿੱਦਾਂ, ਕਿਹੜੀ ਕਿਤਾਬ ਵਿੱਚ ਲਿਖਿਆ ਹੈਗਾ। ਮੈਂ ਕਿਹਾ ਹਿੰਦੂ ਹੁੰਦਾ ਉਹ ਜਿਹਨੂੰ ਆਪਣੀ ਹੋਂਦ ਦਾ ਪਤਾ ਹੋਵੇ, ਜਿੱਦਾਂ ਆਪਣੇ ਪਿੰਡ 'ਚ ਕੋਈ ਅਣਜਾਣ ਆਵੇ ਤਾਂ ਉਹਨੂੰ ਕਹੀਦਾ ਤੂੰ ਹੁੰਦਾ ਕੌਣ ਹੈ, ਉਹ ਫਿਰ ਕਹਿੰਦਾ ਵੀ ਫਲਾਨੇ ਦਾ ਪੁੱਤਰ ਹੈਗਾ ਤਾਂ ਫਲਾਨੀ ਜਗ੍ਹਾ ਰਹਿਣ ਵਾਲਾ, ਜਿਹਨੂੰ ਕਿ ਆਪਣੇ ਪਿਓ ਦਾ ਪਤਾ ਹੋਵੇ, ਦੁਨਿਆਵੀ ਪਿਓ ਦਾ, ਉਹਨੂੰ ਹੀ ਫਿਰ ਰੂਹਾਨੀ ਪਿਓ ਦੀ ਸੁਰਤੀ ਹੋਊਗੀ। ਜੇ ਆਪਣਾ ਦੁਨਿਆਵੀ ਪਿਓ ਹੀ ਭੁੱਲਿਆ ਆ ਤਾਂ ਉਹਨੂੰ ਰੂਹਾਨੀ ਪਿਓ ਦੀ ਕੀ ਸੁਰਤੀ ਹੋਏਗੀ। ਅਤੇ ਜਦੋਂ ਕਿਹਾ ਨਾ ਪਹਿਲਾਂ ਹਿੰਦੂ ਹੈਗਾ, ਆਹ ਹੱਸੇ ਵੀ ਕਿੱਥੋਂ ਇਹ ਲਿਆਂਦੀ ਤੂੰ ਡੈਫੀਨੇਸ਼ਨ, ਕਿਹੜੀ ਕਿਤਾਬ ਵਿੱਚ ਲਿਖਿਆ। ਮੈਂ ਕਿਹਾ ਤਾਂ ਜਟਕੀ ਹੈਗੀ ਵੀ ਜਦੋਂ ਪਿੰਡ 'ਚ ਕੋਈ ਆਵੇ ਉਹਨੂੰ ਕਹੀਦਾ ਹੁੰਦਾ ਕੌਣ ਹੈ, ਉਹ ਫਿਰ ਆਪਣੇ ਪਿਓ ਦਾ ਦੱਸਦਾ, ਜਿੰਨਾ ਚਿਰ ਪਿਓ ਦਾ ਨਹੀਂ ਬਣਦਾ ਆਦਮੀ ਆਪਣੇ ਸਰੀਰ ਦਾ ਅਤੇ ਉਹਦਾ ਅਕਾਲ ਪੁਰਖ ਦਾ ਕਿਵੇਂ ਬਣ ਜਾਏਗਾ। ਜਦੋਂ ਇਨਸਾਨ ਨੂੰ ਜਨਮ ਮਿਲਦਾ ਨਾ, ਆਪਣੀ ਮਰਜ਼ੀ ਨਾਲ ਥੋੜ੍ਹਾ ਲੈਂਦਾ ਹੈਗਾ, ਅਕਾਲ ਪੁਰਖ ਉਹਨੂੰ ਦਿੰਦਾ, ਕਿਸੇ ਨੂੰ ਚੂੜੇ ਦੇ ਕਰ, ਕਿਸੇ ਨੂੰ ਜੱਟ ਦੇ, ਕਿਸੇ ਨੂੰ ਤਰਖਾਣ ਦੇ, ਕਿਸੇ ਨੂੰ ਲੁਹਾਰ ਦੇ, ਕਿਸੇ ਨੂੰ, ਕੋਈ ਜਾਤ ਉੱਚੀ ਨਹੀਂ ਹੁੰਦੀ, ਕੋਈ ਨੀਵੀਂ ਨਹੀਂ ਹੁੰਦੀ, ਕਿਉਂ ਇਹ ਜਨਮ ਅਕਾਲ ਪੁਰਖ ਨੇ ਦਿੱਤਾ, ਤੁਸੀਂ ਆਪ ਨਹੀਂ ਲਿਆ। ਇਹ ਪਹਿਲੀ ਰਜ਼ਾ ਹੈਗੀ ਅਕਾਲ ਪੁਰਖ ਦੀ। ਅਤੇ ਇਸ ਕਰਕੇ ਇਹ ਜਿਹੜਾ ਸਮਾਂ ਹੈਗਾ ਸਤਿਗੁਰੂ ਮੱਤ ਵੇਲਾ ਹੈਗਾ, ਜੇ ਤੁਹਾਡੇ ਅੰਦਰ ਸਤਿਗੁਰੂ ਦਾ ਵਾਸਾ ਹੈਗਾ ਤਦ ਤੁਹਾਨੂੰ ਸਤਿਗੁਰੂ ਦੀ ਸਿੱਖ ਸਮਝ ਆਏਗੀ। ਜੇ ਨਹੀਂ ਹੈਗਾ ਵਾਸਾ ਤਾਂ ਫਿਰ ਤੁਸੀਂ ਅੰਨੇ ਹੈਗੇ, ਇੱਧਰ ਕੰਮ ਕਰੀ ਜਾਓ, ਉੱਧਰ ਕੰਮ ਕਰੀ ਜਾਓ, ਤੁਹਾਡੇ ਹੱਥ ਕੱਖ ਵੀ ਨਹੀਂ ਹੋਣਾ, ਨੰਗੇ ਆਏ ਨੰਗੇ ਚਲੇ ਗਏ, ਅਤੇ ਨਾਲ ਕੁਛ ਵੀ ਨਹੀਂ ਲੈ ਕੇ ਜਾ ਸਕਦੇ ਤੁਸੀਂ।
ਜਿਸ ਗੱਲ ਜਿਸ ਲਈ ਤੁਹਾਨੂੰ ਇੱਥੇ ਅਕਾਲ ਪੁਰਖ ਨਿਕਲਿਆ ਹੈਗਾ, ਜਿਹੜੀ ਅਕਾਲ ਪੁਰਖ ਦੀ ਮਾਇਆ ਇਕੱਠੀ ਕਰਨੀ ਸੀ, ਯਾਨੀ ਕਿ ਲੋਕਾਂ ਨੂੰ ਉਤਾਰਨ ਲਈ ਇਕੱਲਿਆ ਹੈਗਾ, ਨਾ ਆਪ ਤਰੇ ਨਾ ਹੋਰ ਕਿਸੇ ਨੂੰ ਉਤਾਰਿਆ। ਅਤੇ ਆਪ ਜਪੋ ਔਰੋਂ ਕੋ ਜਪਾਓ, ਅਤੇ ਨਾ ਆਪ ਆਉਂਦਾ ਜਪਣਾ ਅਤੇ ਨਾ ਦੂਜਿਆਂ ਨੂੰ ਜਪਣ ਦਿੱਤਾ। ਅਤੇ ਇਸ ਕਰਕੇ ਤਾਂ ਇਹ ਕਿਸਮਤ ਨਾਲ ਮਿਲਦਾ ਹੈਗਾ। ਐਵੇਂ ਤਾਂ ਨਹੀਂ ਕਿਹਾ ਛੇਵੇਂ ਸਤਿਗੁਰੂ ਤੇਗ ਬਹਾਦਰ ਜੀ ਨੇ ਕਿ ਕੋਟਨ ਮੈਂ ਏਕ ਨਰਾਇਣ ਕੋ ਚੇਤ ਚੇਤ ਕਰੇ, ਯਾਨੀ ਨਰਾਇਣ ਕੋਈ ਅਕਾਲ ਪੁਰਖ ਕੋਈ ਕੋਈ ਚੇਤੇ ਚ ਕਰਦਾ, ਬਾਕੀ ਤਾਂ ਸਾਰੇ ਕਹਿੰਦੇ ਵੀ ਮਾਇਆ ਕਿੰਨੀ ਮਿਲੂਗੀ। ਜਿੱਦਾਂ ਸੀ ਆ ਜਿਹੜੇ ਦਰਸ਼ਨ ਸਿੰਘ ਵਗੈਰਾ ਹੋਰ ਇੱਦਾਂ ਦੇ ਲੋਕ ਸੀਗੇ, ਮਸਕੀਨ ਹੋਇਆ, ਇਹ ਜਦੋਂ ਕੀਰਤਨ ਕਰਨ ਜਾਂਦੇ ਸੀ ਤਾਂ ਕਹਿੰਦੇ ਸੀ ਇੰਨੇ ਦਿਓਗੇ ਤਦ ਕੀਰਤਨ ਕਰਨਾ, ਪੈਸਿਆਂ ਦੇ ਕਰਦੇ ਕੀ ਕਰਕੇ ਪੈਸਿਆਂ ਦੇ ਲਈ ਕੀਰਤਨ ਕਰਦੇ ਸੀ, ਨਾ ਕਿ ਅਕਾਲ ਪੁਰਖ ਨੂੰ ਉਹਦੀ ਵਡਿਆਈ ਕਰਨ ਲਈ। ਅਤੇ ਇੱਦਾਂ ਦੇ ਤੁਹਾਡੇ ਜੱਥੇਦਾਰ ਸੀਗੇ। ਹੁਣ ਜਦੋਂ ਖਾਲਸਾ ਸਜਾਇਆ ਸੀ, ਉਹਨਾਂ ਦਾ ਸਟੇਜ 'ਤੇ ਸਿਰ ਲਾਇਆ ਸੀਗਾ, ਉਹ ਤੰਬੂ 'ਚ ਨਹੀਂ ਲੈ ਕੇ ਗਏ। ਤੰਬੂ 'ਚ ਲੈ ਕੇ ਜਾਂਦਾ ਚੋਰ, ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਚੋਰ ਨਹੀਂ ਸੀਗੇ, ਉਹਨਾਂ ਨੇ ਸਟੇਜ 'ਤੇ ਉਹਨਾਂ ਦੇ ਸਿਰ ਧੜ ਤੋਂ ਦੂਰ ਲਾਇਆ, ਯਾਨੀ ਕਿ ਉਹਨਾਂ ਨੂੰ ਇਸ ਦੁਨੀਆਂ ਤੋਂ ਉਹਨਾਂ ਨੇ ਹਟਾ ਦਿੱਤਾ। ਜਦੋਂ ਆਦਮੀ ਮਰ ਜਾਂਦਾ ਨਾ, ਉਦੋਂ ਇਸ ਦੁਨੀਆਂ ਤੋਂ ਹਟ ਜਾਂਦਾ ਨਾ, ਉਦੋਂ ਫਿਰ ਉਹ ਅਕਾਲ ਪੁਰਖ ਦਾ ਹੀ ਬਣ ਜਾਂਦਾ ਹੈਗਾ। ਫਿਰ ਉਹਨਾਂ ਨੂੰ ਇੱਕ ਦਾ ਧੜ ਅਤੇ ਦੂਜੇ ਦਾ ਸਿਰ ਸੀਤਾ ਸੀ ਕੇ ਉਹਨਾਂ ਨੂੰ ਅੰਮ੍ਰਿਤ ਉਹਨਾਂ ਦੇ ਮੂੰਹ 'ਚ ਪਾਇਆ ਅਤੇ ਉਹਨਾਂ ਨੂੰ ਫਿਰ ਸੁਰਜੀਤ ਕੀਤਾ। ਇਹ ਕੌਤਕ ਦੇਖ ਕੇ ਜਿਹੜੇ ਸੀਗੇ ਸਾਰਿਆਂ ਨੇ ਫਿਰ ਅੰਮ੍ਰਿਤ ਉੱਤੇ ਧੜਾ ਧੜ ਛੱਕਿਆ ਸੀਗਾ। ਜਦੋਂ ਛਕਾਇਆ ਸੀ, ਇਕੱਲੇ ਆਦਮੀ ਨੂੰ ਛਕਾਇਆ ਸੀ, ਔਰਤ ਨੂੰ ਨਹੀਂ ਛਕਾਇਆ ਸੀ, ਮਾਈ ਭਾਗੋ ਨੂੰ ਨਹੀਂ ਅੰਮ੍ਰਿਤ ਛਕਾਇਆ, ਸਿਰਫ ਆਦਮੀਆਂ ਨੂੰ ਛਕਾਇਆ ਸੀਗਾ। ਅਤੇ ਮਾਈ ਭਾਗੋ ਨਾਲ ਰਹੀ ਸੀਗੀ, ਪਰ ਉਹਨਾਂ ਨੂੰ ਨਹੀਂ ਛਕਾਇਆ। ਉਹ ਆਪਣੇ ਜਵੇਲ ਦਾ ਇੱਕ ਆਦਮੀ ਸੀਗਾ ਆਪਣੇ ਇੰਟਰਨੈਟ 'ਤੇ, ਅਤੇ ਉਹਨੂੰ ਵੀ ਮੈਨੂੰ ਦੱਸਿਆ ਵੀ ਠੀਕ ਹੈ, ਇਹਦੇ 'ਚ ਹੈਗਾ ਦੇ ਸ਼ਿਵਾ ਵਰ ਮੋਹੇ, ਸ਼ਿਵ ਦੇ ਪੁੱਤਰਾਂ ਨੂੰ ਕਿਹਾ ਵੀ ਆਓ ਆਪਾਂ ਲੜੀਏ ਸ਼ੈਤਾਨਾਂ ਦੇ ਨਾਲ। ਬਾਕੀ ਜਿਹੜੇ ਹੋਰ ਜਾਣਕਾਰੀ ਲਈ ਤੁਸੀਂ ਮੇਰੇ ਯੂਟਿਊਬ 'ਤੇ ਵੀਡੀਓ ਪੰਜਾਬੀ 'ਚ ਵੀ ਹੈਗੇ ਨੇ, ਉਹ ਦੇਖੋ ਸੁਣੋ, ਅਤੇ ਜੇ ਕੋਈ ਗੱਲ ਹੋਵੇ ਤਾਂ ਮੈਨੂੰ ਦੱਸੋ, ਅਤੇ ਮੈਂ ਕੋਈ ਸੇਵਾ ਕਰ ਸਕਦਾ ਹੋਵਾਂ ਕਰਾਂਗਾ। ਬਾਕੀ ਦੂਜੇ ਵੀਡੀਓ 'ਚ ਮੈਂ ਤੁਹਾਨੂੰ ਸਵਾਸਤਿਕਾ ਦੇ ਬਾਰੇ ਦੱਸਾਂਗਾ।